ਸੋ ਸਵਾਗਤ ਹੈ ਜੀ ਇੱਕ ਵਾਰ ਫੇਰ ਤੁਹਾਡੇ ਆਪਣੇ YouTube ਚੈਨਲ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ETT 6835 ਦੀ ਜਿਹੜੀ ਸਕਰੂਟੀਨੀ ਹੋ ਚੁੱਕੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ 25 ਤਰੀਕ ਲਾਸਟ ਸੀਗੀ ਜਿਹੜੇ ਐਬਸੈਂਟ ਕੈਂਡੀਡੇਟ ਰਹੇਗੇ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਸੀਗਾ 25 ਤਰੀਕ ਨੂੰ ਤੇ ਉਸ ਤੋਂ ਇਲਾਵਾ ਕਿੰਨੇ ਕੈਂਡੀਡੇਟ ਹੁਣ ਤੱਕ ਬੁਲਾਏ ਜਾ ਚੁੱਕੇ ਨੇ ਕਿਹੜੀ ਕੈਟਾਗਰੀ ਦੇ ਕਿੰਨੇ ਕੈਂਡੀਡੇਟ ਆ ਚੁੱਕੇ ਨੇ ਤੇ ਕਿੰਨੇ ਕੈਂਡੀਡੇਟ ਜਿਹੜੇ ਹੋਰ ਬੁਲਾਏ ਜਾ ਸਕਦੇ ਨੇ ਉਹ ਸਾਰੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕੁੱਲ ਜਿਹੜੀਆਂ ਸੀਟਾਂ ਸੀ ਹੈ ਜਨਰਲ ਕੈਟਾਗਰੀ ਦੇ ਵਿੱਚ 2588 ਸੀਟਾਂ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੈਂਡੀਡੇਟ ਬੁਲਾਏ ਗਏ 4330 ਮੀਨਸ 4330 ਕੈਂਡੀਡੇਟ ਜਿਹੜੇ ਬੁਲਾਏ ਗਏ ਸੀ ਤੇ ਉਹਨਾਂ ਦੀ ਜਿਹੜੀ ਕੱਟ ਆਫ ਆ ਲਾਸਟ ਪਲੱਸ ਗ੍ਰੈਜੂਏਸ਼ਨ ਦੇ ਨੰਬਰ ਐਡ ਕਰਕੇ ਜਿਹੜੀ ਗ੍ਰੈਜੂਏਸ਼ਨ ਦੇ ਨੰਬਰ ਤੋਂ ਬਾਅਦ ਕੱਟ ਆਫ ਬਣੀ ਹੈ ਉਹ 65 ਬਣੀ ਹੈ ਜੀ ਮੀਨਸ ਲਾਸਟ ਜਿਹੜਾ ਕੈਂਡੀਡੇਟ ਸੀਗਾ ਉਹ 65 ਸੀ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਇਹਨਾਂ 4330 ਕੈਂਡੀਡੇਟ ਦੇ ਵਿੱਚ ਸਿਰਫ ਜਨਰਲ ਕੈਂਡੀਡੇਟ ਨਹੀਂ ਹੈਗੇ ਜੀ ਉਹਦੇ ਵਿੱਚ ਐਸਸੀ ਆਰਓ ਵੀ ਹੈਗੇ ਐਸਸੀ ਐਮਬੀ ਵੀ ਹੈਗੇ ਬੀਸੀ ਵੀ ਹੈਗੇ ਈਡਬਲਯੂਐਸ ਵੀ ਹੈਗੇ ਤੇ ਉਸ ਤੋਂ ਇਲਾਵਾ ਫਿਜ਼ੀਕਲ ਹੈਂਡੀਕੈਪ ਵੀ ਹੈਗੇ ਤੇ ਅਦਰ ਜਿੰਨੀਆਂ ਵੀ ਹੋਰ ਕੈਟਾਗਰੀਜ਼ ਬਚਦੀਆਂ ਨੇ ਉਹਨਾਂ ਦੇ ਕੈਂਡੀਡੇਟ ਵੀ ਇਹਨਾਂ 4330 ਦੇ ਵਿੱਚ ਐਡ ਸੀ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇ ਕਿਰਪਾ ਗੱਲ ਕਰੀਏ ਕਿ ਕੱਟਆਫ ਕਈ ਕੈਂਡੀਡੇਟ ਪੁੱਛ ਰਹੇ ਨੇ ਕਿ ਸਰ ਸੈਕਿੰਡ ਲਿਸਟ ਕਦੋਂ ਆਏਗੀ ਸੈਕਿੰਡ ਲਿਸਟ ਦੇ ਵਿੱਚ ਕਿੰਨੇ ਕੱਟਆਫ ਜਿਹੜੀ ਜਾ ਸਕਦੀ ਹੈ ਜਾਂ ਸੈਕਿੰਡ ਸੈਕਿੰਡ ਕਦੀ ਲਿਸਟ ਦੇ ਵਿੱਚ ਕਿੰਨੇ ਹੋਰ ਕੈਂਡੀਡੇਟ ਵੱਧ ਤੋਂ ਵੱਧ ਬੁਲਾਏ ਜਾ ਸਕਦੇ ਨੇ ਦੋਸਤੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰਦਾ ਜਿਹੜੇ 4330 ਕੈਂਡੀਡੇਟ ਬੁਲਾਏ ਗਏ ਨੇ ਬਹੁਤ ਸਾਰੇ ਚੈਨਲ ਕਹਿ ਰਹੇ ਨੇ ਕਿ ਉਹਨਾਂ ਦੇ ਵਿੱਚ 1500 ਕੈਂਡੀਡੇਟ ਵੀ ਐਡ ਦੇ ਨੇ ਜੀ ਠੀਕ ਹੈ ਜੀ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਟੋਟਲ ਜਿੰਨੇ ਵੀ ਪੇਪਰ ਹੋਇਆ ਸੀਗਾ ਠੀਕ ਹੈ ਲਗਭਗ 24000 ਜਾਂ 25000 ਜਣੇ ਨੇ ਪੇਪਰ ਦਿੱਤਾ ਸੀ ਉਹਨਾਂ ਦੇ ਵਿੱਚ ਲਗਭਗ 3000 ਕੈਂਡੀਡੇਟ ਵੀ ਐਡ ਦੇ ਸੀਗੇ ਜੀ ਠੀਕ ਹੈ ਸਾਰੇ ਜਿਹੜੇ ਟੋਟਲ ਸੀਗੇ ਉਹਨਾਂ ਦੇ ਵਿੱਚੋਂ ਕੁਝ ਦਾ ਤਾਂ ਪੇਪਰ ਹੀ ਕੁਆਲੀਫਾਈ ਨਹੀਂ ਹੋਇਆ ਕੁਝ ਨੇ ਪੇਪਰ ਦਿੱਤੇ ਹੀ ਨਹੀਂ ਹੈਗਾ ਜਾਂ ਕਈ ਕੁਝ ਹੋਰ ਕਾਰਨਾਂ ਕਰਕੇ ਰਹਿ ਗਏ ਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਸਕਰੂਟੀ ਨਹੀਂ ਹੋਈ ਹੈ ਸਕਰੂਟੀ ਨਹੀਂ ਹੋਈ ਹੈ ਜੀ ਟੋਟਲ ਕੈਂਡੀਡੇਟ ਦੀ 8053 ਕੈਂਡੀਡੇਟ ਠੀਕ ਹੈ ਜੀ 8000 ਪਲੱਸ 53 ਕੈਂਡੀਡੇਟ ਨੇ ਜਿਹੜੇ ਸਕਰੂਟੀ ਲਈ ਅਪਲਾਈ ਗਏ ਨੇ ਤੇ ਇਹਨਾਂ ਦੇ ਵਿੱਚ ਸਿਰਫ ਮੈਕਸਿਮਮ ਟੂ ਮੈਕਸਿਮਮ ਜਿਹੜੇ ਕੈਂਡੀਡੇਟ ਨੇ ਉਹ 1500 ਬੀਜੜ ਦੇ ਨੇ ਜੀ ਠੀਕ ਹੈ ਜੀ ਹੁਣ ਤੁਸੀਂ ਲਾ ਲਓ ਜੇਕਰ 1500 ਕੈਂਡੀਡੇਟ 8000 ਦੇ ਵਿੱਚ ਹੈ 74330 ਦੇ ਵਿੱਚ ਕਿੰਨੇ ਕੈਂਡੀਡੇਟ ਹੋਣਗੇ ਬੀਐਡ ਦੇ ਜੀ ਤੁਸੀਂ ਆਪ ਹੀ ਆਈਡੀਆ ਲਾ ਸਕਦੇ ਹੋ ਆਪ ਵੀ ਤੁਸੀਂ ਫਿਊਚਰ ਦੇ ਟੀਚਰ ਹੋ ਤਾਂ ਤੁਸੀਂ ਇੱਕ ਐਸਟੀਮੇਟ ਲਾ ਸਕਦੇ ਹੋ 74330 ਦੇ ਵਿੱਚ ਕਿੰਨੇ ਕੈਂਡੀਡੇਟ ਬੀਐਡ ਦੇ ਹੋਣਗੇ ਮੈਂ ਕਈ ਚੈਨਲਾਂ 'ਤੇ ਸੁਣਿਆ ਕਹਿੰਦੇ ਜੀ 4330 ਦੇ ਵਿੱਚੋਂ ਲਗਭਗ 3000 ਕੈਂਡੀਡੇਟ ਬੀਐਡ ਦੇ ਨੇ ਜਿਨ੍ਹਾਂ ਦੇ ਜਿਆਦਾ ਨੰਬਰ ਆਏ ਨੇ ਉਹ ਬੀਐਡ ਦੇ ਨੇ ਦੇਖੋ ਮੈਂ ਤਾਂ ਸਭ ਨੇ ਕੀਤੀ ਹੈ ਜੀ ਈਟੀਟੀ ਵਾਲੇ ਜਿੰਨੇ ਵੀ ਕੈਂਡੀਡੇਟ ਨੇ ਉਹ ਵੀ ਬੀਐਡ ਦੇ ਨਾਲ ਲੜੇ ਨੇ ਮੀਨਸ ਬੀਐਡ ਦੇ ਨਾਲ ਉਹਨੇ ਪੇਪਰ ਦਿੱਤਾ ਤੇ ਹਾਈ ਮੈਰਿਟ ਦੇ ਵਿੱਚ ਉਹ ਵੀ ਆਏ ਨੇ ਸਿਰਫ ਇਹ ਤਾਂ ਹੈ ਨਹੀਂ ਕਿ ਸਿਰਫ ਬੀਐਡ ਦੇ ਕੈਂਡੀਡੇਟ ਜਿਹੜੇ ਉਹੀ ਹਾਈ ਮੈਰਿਟ ਦੇ ਵਿੱਚ ਚਲੇ ਗਏ ਫਿਰ ਕਿਉਂ ਵੀ ਈਟੀਟੀ ਵਾਲੇ ਨੇ ਬਿਲਕੁਲ ਹੀ ਮਿਹਨਤ ਨਹੀਂ ਕੀਤੀ ਕਈ ਮੇਰੇ ਸਾਥੀ ਸੀਗੇ ਜਿਨ੍ਹਾਂ ਦੇ ਨੰਬਰ 70 70 75 75 ਆਏ ਨਹੀਂ ਠੀਕ ਹੈ ਉਹਨਾਂ ਦੇ ਨੰਬਰ ਨੇ ਜਿਹੜੇ ਉਹ 70 70 75 ਆ ਰਹੇ ਨੇ ਤਾਂ ਕੀ ਉਹਨਾਂ ਨੇ ਮਿਹਨਤ ਨਹੀਂ ਕੀਤੀ ਹੈਗੀ ਜੇ ਉਹਨਾਂ ਨੇ ਮਿਹਨਤ ਕੀਤੀ ਹੈ ਤਾਂ ਹੀ ਉਹਨਾਂ ਦੇ ਨੰਬਰ 70 75 ਜਾਂ 80 ਨੰਬਰ ਤੱਕ ਵੀ ਕੰਨਿਆਂ ਦੇ ਆਏ ਨੇ ਠੀਕ ਹੈ ਜੀ ਇਦਾਂ ਦੀ ਗੱਲ ਹੀ ਹੈਗੀ ਕਿ 4303 ਦੇ ਵਿੱਚ ਸਾਰੇ ਬੀਐਡ ਦੇ ਤੁਰੇ ਫਿਰਦੇ ਨੇ ਨਹੀਂ ਇਹਦੇ ਵਿੱਚ ਈਟੀਟੀ ਕੈਂਡੀਡੇਟ ਵੀ ਬਹੁਤ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਤੇ ਉਹ ਹਾਈ ਮੈਰਿਟ ਦੇ ਵਿੱਚ ਆਏ ਨੇ ਠੀਕ ਹੈ ਜੀ ਸੋ ਜੇਕਰ ਆਪਾਂ ਗੱਲ ਕਰੀਏ ਕਿ ਇਹਦੇ ਵਿੱਚੋਂ ਬਹੁਤ ਸਾਰੇ ਕੈਂਡੀਡੇਟ ਵੀਅਰਡ ਦੇ ਬਾਹਰ ਹੋ ਜਾਣਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਹਾਂ ਜਦੋਂ ਵੀ ਕੋਰਟ ਦਾ ਫੈਸਲਾ ਹੁੰਦਾ ਜਿਵੇਂ ਕਿ ਤੁਸੀਂ ਜਾਣਦੇ ਹੋ 10 ਫਰਵਰੀ ਜਿਹੜੀ ਕੋਰਟ ਦੀ ਡੇਟ ਹੈ ਉਹ ਅੱਗੇ ਪੈ ਗਈ ਹੈ 10 ਫਰਵਰੀ ਨੂੰ ਜੇਕਰ ਵੀਅਰਡ ਆਊਟ ਹੁੰਦੀ ਹੈ ਤਾਂ ਲਗਭਗ ਜ਼ਿਆਦਾ ਨਹੀਂ ਤਾਂ 500 ਤੋਂ 700 ਕੈਂਡੀਡੇਟ ਬਾਹਰ ਹੁੰਦੇ ਜੀ ਠੀਕ ਹੈ 4330 ਦੇ ਵਿੱਚੋਂ ਤੁਸੀਂ ਲਾ ਲਓ ਜੇ 4330 'ਚੋਂ 500 700 ਕੈਂਡੀਡੇਟ ਬਾਹਰ ਹੁੰਦਾ ਹੈ ਤਾਂ ਲਗਭਗ ਤੁਹਾਡੇ 3800 ਕੈਂਡੀਡੇਟ ਬਣਦੇ ਨੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਪੋਸਟਾਂ ਨੇ ਜੀ 2588 ਇਹਦੇ ਵਿੱਚ 300 ਪੋਸਟਾਂ ਤੁਸੀਂ ਹੋਰ ਐਡ ਕਰ ਲੋ ਹੋਰ ਕਿਹੜੀਆਂ ਐਡ ਕਰਨੀਆਂ ਨੇ ਜਿਹੜੀਆਂ ਡੀ ਰਿਜ਼ਰਵ ਹੋਣੀਆਂ ਨੇ ਠੀਕ ਹੈ ਡੀ ਰਿਜ਼ਰਵ ਪੋਸਟਾਂ ਹੋਈਆਂ 2588 ਤੇ 300 ਲਗਭਗ ਤੁਹਾਡੀਆਂ ਇਹ 3000 ਪਲੱਸ ਪੋਸਟਾਂ ਬਣਦੀਆਂ ਨੇ ਜੀ ਠੀਕ ਹੈ ਜੀ 2800 ਤਾਂ ਬਣਦੀਆਂ ਬਣਦੀਆਂ ਨੇ ਹੋਰ ਤੁਸੀਂ ਮੰਨ ਲਓ ਲਾ ਲਓ 200 ਜਾਂ 100 150 ਪੋਸਟ ਐਡ ਹੁੰਦੀ ਹੈ ਤਾਂ 3000 ਪੋਸਟਾਂ ਬਣਦੀਆਂ ਨੇ ਲਗਭਗ 35 3700 ਤਾਂ ਕੈਂਡੀਡੇਟ ਪਹਿਲਾਂ ਹੀ ਬੁਲਾ ਰੱਖਿਆ ਹੈ ਠੀਕ ਹੈ ਜੀ ਜਨਰਲ ਕੈਟਾਗਰੀ ਦੇ ਵਿੱਚ ਜਨਰਲ ਨਹੀਂ ਚਲੋ ਓਪਨ ਕੈਟਾਗਰੀ ਦੇ ਵਿੱਚ ਲਾ ਲਓ ਓਪਨ ਦੇ ਵਿੱਚ ਸਾਰੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਲਿਸਟ ਹੋਰ ਆਉਗੀ ਵੈਸੇ ਮੇਰੇ ਆਈਡੀ ਦੇ ਨਾਲ ਮੈਂ ਨਹੀਂ ਕਹਿੰਦਾ ਕਿ ਲਿਸਟ ਹੋਰ ਆਵੇਗੀ ਬੋਰਡ ਨੂੰ ਜੇਕਰ ਬੀਐਡ ਦੇ ਕੈਂਡੀਡੇਟ ਜਾਦੇ ਮੀਨਸ ਮਿਲਦੇ ਨੇ ਇਹਨਾਂ ਪੋਸਟਾਂ ਦੇ ਵਿੱਚ ਤਾਂ ਆਊਟ ਹੁੰਦੇ ਨੇ ਉਹ ਤਾਂ ਉਹ ਗੱਲ ਬੱਕਰੀ ਹੈ ਬਟ ਜੇਕਰ ਈਟੀਟੀ ਦੇ ਕੈਂਡੀਡੇਟ ਜਿਆਦਾ ਨੇ ਤਾਂ ਕੋਈ ਸੰਭਾਵਨਾ ਨਹੀਂ ਹੈਗੀ ਕਿ ਸੈਕੰਡ ਲਿਸਟ ਆਵੇਗੀ ਜੀ ਸੋ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਐਸਆਰਓਡੀ ਠੀਕ ਹੈ ਜੀ ਪੋਸਟ ਅਸੀਂ ਜੀਆ 664 ਤੇ ਕੈਂਡੀਡੇਟ ਬੁਲਾਏ ਨੇ 921 मींस लास्ट ਜਿਹੜਾ ਕੈਂਡੀਡੇਟ 921 ਨੰਬਰ ਤੇ ਬੈਠਾ ਉਹਦੇ ਨੰਬਰ ਨੇ 57 ਠੀਕ ਹੈ ਜੀ 57 ਉਹਦੇ ਨੰਬਰ ਨੇ 664 ਪੋਸਟਾਂ ਨੇ ਤੇ ਉਸ ਤੋਂ ਇਲਾਵਾ ਜਿਹੜੇ 4330 ਕੈਂਡੀਡੇਟ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਕੈਂਡੀਡੇਟ ਆਉਣੇ ਨੇ ਤੁਸੀਂ ਆਈਡੀਆ ਲਾ ਲਓ ਕਿ 100 ਕੈਂਡੀਡੇਟ 664 ਦੇ ਵਿੱਚ ਠੀਕ ਹੈ ਐਸਆਰਓ ਦੀ ਜਿਹੜੀ ਕੈਟੇਗਰੀ ਹੈ ਉਹਦੇ ਵਿੱਚ 100 ਕੈਂਡੀਡੇਟ ਇੱਧਰ ਆ ਗਏ ਤਾਂ ਕੈਂਡੀਡੇਟ ਕਿੰਨੇ ਬਣ ਗਏ 1080 1021 ਇਹ 1021 ਸੋਰੀ ਠੀਕ ਹੈ ਜੀ 1021 ਕੈਂਡੀਡੇਟ ਬਣ ਗਏ ਤੇ ਪੋਸਟਾਂ ਨੇ 664 ਠੀਕ ਹੈ ਜੀ ਲਗਭਗ 500 ਕੈਂਡੀਡੇਟ ਇਹਨਾਂ ਨੇ ਪਹਿਲਾਂ ਹੀ ਫालतੂ ਬੁਲਾ ਰੱਖਿਆ 664 ਇਸ ਹਜ਼ਾਰੋਂ ਦੇ ਵਿੱਚ ਤਾਂ ਹੁਣ ਤੁਸੀਂ ਆਪ ਹੀ ਆਈਡੀਆ ਲਾ ਲਓ ਕਿ ਜਦੋਂ ਸੈਕੰਡ ਲਿਸਟ ਆਉਂਦੀ ਹੈ ਤਾਂ ਉਸ ਦੇ ਵਿੱਚ ਕਿੰਨੇ ਨੰਬਰ ਵਾਲੇ ਕੈਂਡੀਡੇਟ ਨੂੰ ਬੁਲਾਇਆ ਜਾਵੇਗਾ ਠੀਕ ਹੈ ਜੀ ਤੇ ਹੁਣ ਜਿਹੜੀ ਮੈਰਿਟ ਆ 57 ਗਈ ਹੈ ਤੇ ਸੈਕੰਡ ਲਿਸਟ ਦੇ ਵਿੱਚ 55 ਤੋਂ نیچے ਮੈਰਿਟ ਨਹੀਂ ਜਾਣ ਵਾਲੀ ਠੀਕ ਹੈ ਜੀ 55 ਵਾਲਾ ਜਿਹਦੇ 55 ਨੰਬਰ ਬਣਦੇ ਨੇ ਪਲੱਸ ਗ੍ਰੈਜੂਏਸ਼ਨ ਦੇ ਨੰਬਰ ਐਡ ਕਰਕੇ ਉਹ ਤਾਂ ਇੱਕ ਹੋਪ ਰੱਖ ਸਕਦਾ ਹੈ ਤੇ ਜਿਹਦੇ ਨੰਬਰ ਹੀ 40 ਜਾਂ 45 ਬਣਦੇ ਨੇ ਉਹ ਤਾਂ ਇੱਕ ਠੀਕ ਹੈ ਜੀ ਆਪਾਂ ਕਹਿ ਸਕਦੇ ਹਾਂ ਕਿ ਸ਼ੂਭ ਨਹੀਂ ਰੱਖ ਸਕਦਾ ਸੋ ਉਸ ਤੋਂ ਬਾਅਦ ਗੱਲ ਕਰੀਏ ਜੀ ਐਸ ਸੀ ਐਮ ਐਂਡ ਬੀ ਦੀ ਠੀਕ ਹੈ ਜੀ ਪੋਸਟਾਂ ਨੇ ਬਿਲਕੁਲ 664 ਕੈਂਡੀਡੇਟ ਬੁਲਾ ਰੱਖੇ ਨੇ 1013 ਤੇ ਲਾਸਟ ਮੈਰਿਡ ਗਈ ਆ 49 ਠੀਕ ਹੈ ਦੋਸਤੋ ਤੇ ਉਸ ਤੋਂ ਇਲਾਵਾ ਤੁਸੀਂ ਗੱਲ ਕਰੋ ਆ ਜਿਹੜਾ 4330 ਹੈ ਇਹਦੇ ਵਿੱਚੋਂ ਵੀ ਕੈਂਡੀਡੇਟ 1013 ਚ ਐਡ ਹੋਣੇ ਨੇ ਚਲੋ ਇਹਦੇ ਵਿੱਚ ਵੀ ਮੰਨ ਲਓ ਕਿ ਤੁਸੀਂ 100 ਕੈਂਡੀਡੇਟ ਐਡ ਹੁੰਦਾ ਠੀਕ ਹੈ ਜੀ ਤਾਂ ਇਹ ਵੀ ਪੋਸਟਾਂ ਮਤਲਬ ਕੈਂਡੀਡੇਟ 1100 ਦੇ ਕੈਂਡੀਡੇਟ ਲਗਭਗ ਬਣਦੇ ਨੇ ਤੇ 664 ਪੋਸਟਾਂ ਨੇ ਲਗਭਗ ਲਗਭਗ ਡੇਢ ਗੁਣਾ ਜਾਂ ਪੌਣੇ 2 ਗੁਣਾ ਕੈਂਡੀਡੇਟ ਪਹਿਲਾਂ ਹੀ ਬੁਲਾ ਰੱਖੇ ਨੇ ਠੀਕ ਹੈ ਮੈਰਿਟ ਗਈ ਹੈ 49 ਤੇ ਜੇਕਰ ਸੈਕੰਡ ਲਿਸਟ ਆਉਂਦੀ ਹੈ ਤਾਂ 47 ਤੋਂ نیچے ਮੈਰਿਟ ਨਹੀਂ ਜਾਣ ਵਾਲੀ ਠੀਕ ਹੈ ਜੀ ਐਵੇਂ ਕਿਸੇ ਨੂੰ ਝੂਠਾ ਦਿਲਾਸਾ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ 47 ਜਿਨ੍ਹਾਂ ਦੇ ਮਾਰਕਸ ਬਣਦੇ ਨੇ ਪਲੱਸ ਗ੍ਰੈਜੂਏਸ਼ਨ ਦੇ ਨੰਬਰ ਐਡ ਕਰਕੇ ਉਹ ਤਾਂ ਇੱਕ ਹੋਪ ਰੱਖ ਸਕਦੇ ਨੇ ਤੇ ਜਿਹੜੇ ਬਾਕੀ ਕੈਂਡੀਡੇਟ ਨੇ ਜਿਨ੍ਹਾਂ ਦੇ ਨੰਬਰ ਹੀ 35 36 ਬਣਦੇ ਨੇ ਉਹ ਤਾਂ ਇੱਕ ਠੀਕ ਹੈ ਨਹੀਂ ਕਹਿ ਸਕਦੇ ਅਸੀਂ ਕਿ ਉਹਨਾਂ ਦਾ ਲਿਸ਼ਟ ਦੇ ਵਿੱਚ ਨਾਮ ਆਊਗਾ ਬਟ 47 ਲਾਸਟ ਜਿਹੜੀ ਲਿਸਟ ਹੈ ਉਹ ਆ ਸਕਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਅਸੀਂ BC ਕੈਂਡੀਡੇਟ ਦੀ BC ਕੈਂਡੀਡੇਟ ਦੀਆਂ ਪੋਸਟਾਂ ਨੇ 663 ਕੈਂਡੀਡੇਟ ਬੁਲਾ ਰੱਖੇ ਨੇ 971 ਜਦੋਂ ਸਕਰੂਟੀਨੀ ਹੋਈ ਸੀ ਉਸ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਓਪਨ ਕੈਟਾਗਰੀ ਦੇ ਵਿੱਚ 65 ਦੀ ਜਿਹੜੀ ਲਿਸਟ ਹੈ ਠੀਕ ਹੈ ਜੀ 65 ਦੀ ਲਿਸਟ ਹੈ ਜਿਹੜੀ ਉਸ ਦੇ ਵਿੱਚ BC ਕੈਂਡੀਡੇਟ ਬਹੁਤ ਜ਼ਿਆਦੇ ਨੇ ਠੀਕ ਹੈ ਜਿਨ੍ਹਾਂ ਦੇ ਨੰਬਰ 68 ਨੇ 67 ਨੇ ਜਾਂ 68 ਨੇ ਠੀਕ ਹੈ ਜੀ ਲਗਭਗ ਮੇਰੇ ਆਈਡੀਆ ਨਾਲ 200 ਕੈਂਡੀਡੇਟ ਆ 9071 ਕੈਂਡੀਡੇਟ ਦੇ ਵਿੱਚ ਐਡ ਜ਼ਰੂਰ ਹੋਊਗਾ ਜੀ ਠੀਕ ਹੈ 971 200 ਮੀਨ ਤੁਸੀਂ ਲਾ ਲਓ 1171 ਕੈਂਡੀਡੇਟ ਬਣਦਾ ਹੈ BC ਕੈਟਾਗਰੀ ਦਾ ਜਿਹੜਾ ਕਿ ਸਕਰੂਟੀ ਆਪਣੀ ਕਰਵਾ ਚੁੱਕਿਆ ਠੀਕ ਹੈ ਜੀ ਐਬਸੈਂਟ ਲਾ ਲਓ ਵੀ ਤੁਸੀਂ 100 150 ਕੈਂਡੀਡੇਟ ਐਬਸੈਂਟ ਹੋਗਾ ਫਿਰ ਵੀ ਕੱਟ-ਕਟਾ ਕੇ ਲਗਭਗ 1000 ਕੈਂਡੀਡੇਟ ਦਾ ਬਣਦਾ ਹੀ ਹੈ BC ਕੈਟਾਗਰੀ ਦੇ ਵਿੱਚ ਤੇ ਪੋਸਟਾਂ ਨੇ ਕਿੰਨੀਆਂ 663 ਤੇ ਇਹਨਾਂ ਦੀ ਮੈਰਿਟ ਗਈ ਹੈ 59 ਠੀਕ ਹੈ 59 ਜਿਹੜੀ ਮੈਰਿਡ ਗਈ ਹੈ ਲਾਸਟ ਕੈਂਡੀਡੇਟ ਜਿਹੜਾ 59 ਨੰਬਰ ਲੈ ਕੇ ਆ ਰਿਹਾ ਹੈ ਗ੍ਰੈਜੂਏਸ਼ਨ ਦੇ ਨੰਬਰ ਐਡ ਕਰਕੇ ਉਹ ਆਪਾਂ ਇਦਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਜੌਬ 90% ਤਾਂ ਪੱਕੀ ਹੈ ਜੀ ਠੀਕ ਹੈ ਜੀ ਤੇ ਜੇਕਰ ਸੈਕੰਡ ਲਿਸਟ ਆਉਂਦੀ ਹੈ ਤਾਂ ਉਸ ਦੇ ਵਿੱਚ ਮੈਂ ਜਿਵੇਂ ਸਾਰਾ ਸਾਰੀਆਂ ਕੈਟਾਗਰੀ ਦੇ ਵਿੱਚ ਦੋ ਦੋ ਨੰਬਰ ਘਟਾਏ ਨੇ ਇਸ ਦੇ ਵਿੱਚ ਵੀ ਤੁਸੀਂ ਲਾ ਲਓ ਕਿ 57 ਨੰਬਰ ਜੀ ਤੇ ਬਣਦੇ ਨੇ ਉਹ ਇੱਕ ਹੋਪ ਰੱਖ ਸਕਦੇ ਤੇ ਜਿਹਦੇ ਨੰਬਰ ਜ਼ਿਆਦਾ ਘੱਟ ਬਣ ਰਹੇ ਨੇ ਉਹ ਨਹੀਂ ਇਹਦੇ ਵਿੱਚ ਹੋਪ ਰੱਖ ਸਕਦਾ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਜੀ ईडब्ल्यूएस ਇਕਨੋਮਿਕਲੀ ਵੀਕਰ ਸੈਕਸ਼ਨ ਇਹਨਾਂ ਦੀਆਂ ਪੋਸਟਾਂ ਨੇ ਜੀ 663 ਤੇ ਕੈਂਡੀਡੇਟ ਬੁਲਾ ਰੱਖੇ ਨੇ 110 ਠੀਕ ਹੈ ਜੀ ਤੇ ਕੱਟਆਫ ਗਈ ਹੈ 77 ਐਨੇ ਕੈਂਡੀਡੇਟ ਘਟ ਕਿਉਂ ਨੇ ਕਿਉਂ ਨੇ ਕਿਉਂਕਿ ਇਹਨਾਂ ਦੇ ਵਿੱਚੋਂ ਦੋਸਤੋ ਓਪਨ ਕੈਟਾਗਰੀ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ ਉਹ ਜਾਣਗੇ ਜਿਨ੍ਹਾਂ ਦੇ ਨੰਬਰ ਕਾਫੀ ਜ਼ਿਆਦਾ ਨੇ ਉਹਨਾਂ ਨੇ ਆਪਣਾ ਓਪਨ ਕੈਟਾਗਰੀ ਦੇ ਵਿੱਚ ਨੰਬਰ ਲੈ ਲਿਆ ਨਾਮ ਆ ਚੁੱਕਿਆ ਹੁੰਦਾ ਤੇ ਉਹਨਾਂ ਨੇ ਓਪਨ ਕੈਟਾਗਰੀ ਦੇ ਵਿੱਚ ਜਾਣਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਫਿਜ਼ੀਕਲ ਹੈਂਡੀਕੈਪ ਦੀ ਫਿਜ਼ੀਕਲ ਹੈਂਡੀਕੈਪ ਦੇ ਦੋਸਤੋ ਪੋਸਟ ਆਨੇ 66 ਤੇ ਕੈਂਡੀਡੇਟ ਬੁਲਾ ਰੱਖੇ ਨੇ 108 ਇਹਨਾਂ ਤੇ ਮੈਨੂੰ ਲੱਗਦਾ ਸਾਰੇ ਕੈਂਡੀਡੇਟ ਜਿਹੜੇ ਬੁਲਾਲੇ ਸੀ ਤੇ ਇਹਦੇ ਵਿੱਚ ਤੋਂ ਦੋਸਤੋ ਇੱਕ ਹੋਪ ਹੈ ਕਿ ਜਿੰਨੇ ਵੀ ਕੈਂਡੀਡੇਟ ਬੁਲਾਏ ਨੇ ਇਹਨਾਂ ਸਾਰਿਆਂ ਨੇ ਲੱਗ ਜਾਣਾ ਤੇ ਇਹਨਾਂ ਦੀ ਜਿਹੜੀ ਮੈਰਿਟ ਹੈ ਉਹ 52 ਦੇ ਲਗਭਗ ਗਈ ਹੈ ਜੀ ਠੀਕ ਹੈ ਜੀ ਤੇ ਅਦਰ ਪੋਸਟਾਂ ਬਣਦੀਆਂ ਨੇ ਜੀ 1327 ਅਦਰ ਦੇ ਵਿੱਚ ਫਰੀडम फाइਟਰ ਆ ਗਏ ਜੀ ਠੀਕ ਹੈ ਤੇ ਉਸ ਤੋਂ ਇਲਾਵਾ ਬੀਸੀ ਐਕਸ ਸਰਵਿਸਮੈਨ ਆ ਗਏ ਜਿੰਨੇ ਵੀ ਹੋਰ ਕੈਟਾਗਰੀ ਦੇ ਨੰਬਰ ਨੇ ਉਹ ਕੈਂਡੀਡੇਟ ਨੇ ਉਹ ਬੁਲਾਏ ਸੀਗੇ ਤੇ ਲਗਭਗ ਉਹ ਕੈਂਡੀਡੇਟ ਸੀਗੇ 600 ਇਨਾਂ ਦੇ ਵਿੱਚ ਵੀ ਦੋਸਤੋ ਲਗਭਗ ਲੱਗਦਾ ਜਿੰਨੇ ਕੈਂਡੀਡੇਟ ਬੁਲਾਏ ਸੀਗੇ ਸਾਰੇ ਹੀ ਸਿਲੈਕਟ ਹੋ ਜਾਣਗੇ ਸਭ ਦਾ ਨੰਬਰ 6835 ਦੇ ਵਿੱਚ ਜਰੂਰ ਆਵੇਗਾ ਜੀ ਠੀਕ ਹੈ ਜੀ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਕੈਂਡੀਡੇਟ ਬੁਲਾਏ ਨੇ 8053 ਪੋਸਟਾਂ ਨੇ ਜੀ 6835 ਠੀਕ ਹੈ ਹੁਣ ਤੁਸੀਂ ਹਿਸਾਬ ਲਾ ਲਓ ਦੋਸਤੋ 8053 ਦੇ ਵਿੱਚੋਂ 6835 ਘਟਾਈਏ ਜੇ ਆਪਾਂ 13 ਇੱਧਰ ਬਣਦਾ ਜੀ ਠੀਕ ਹੈ 8 4 ਠੀਕ ਹੈ ਜੀ ਇਹ ਬਚਦਾ ਇੱਥੋਂ ਦੋਸਤੋ 6000 8053 6835 ਠੀਕ ਹੈ ਜੀ 13 ਦੇ ਵਿੱਚੋਂ 5 गए 8 जी 4193 ਠੀਕ ਹੈ ਜੀ 7 ਦੇ ਵਿੱਚੋਂ ਮਤਲਬ ਦੇਖੋ 1318 ਕੈਂਡੀਡੇਟ ਐਕਸਟਰਾ ਬੁਲਾ ਰੱਖੇ ਨੇ ਉਹ چاہے ਫਿਰ एससी ਕੈਟਾਗਰੀ ਹੋਵੇ एससी एमबी ਹੋਵੇ एससी आरओ ਹੋਵੇ ਜਨਰਲ ਹੋਵੇ ਬੀਸੀ ਹੋਵੇ ईडब्ल्यूएस ਹੋਵੇ ਚਾਹੇ ਵੀ ਐਡ ਹੋਵੇ ਠੀਕ ਹੈ ਜੀ ਇਹਨਾਂ ਸਾਰੇ ਕੈਂਡੀਡੇਟ ਦੇ ਵਿੱਚ 8053 ਦੇ ਵਿੱਚ ਸਾਰੇ ਤਰ੍ਹਾਂ ਦੇ ਕੈਂਡੀਡੇਟ ਆ ਜਾਂਦੇ ਨੇ ਜਦੋਂ ਫਿਲਟਰ ਲੱਗਣੇ ਨੇ ਇਹਦੇ ਵਿੱਚੋਂ ਕਈ ਕੈਂਡੀਡੇਟ ਬਾਹਰ ਜਾਣਗੇ ਇੰਨੇ ਵੀ ਨਹੀਂ ਬਾਹਰ ਜਾਣੇ ਕਿ 8053 ਦੇ ਵਿੱਚੋਂ ਦੋਸਤੋ 6000 ਕੈਂਡੀਡੇਟ ਬਾਹਰ ਚਲੇ ਜਾਣੇ ਨਹੀਂ ਜੀ ਕੁਝ ਕਿ ਕੈਂਡੀਡੇਟ ਨੇ ਜਿਹੜੇ ਬਾਹਰ ਜਾਣਗੇ 10 12% ਕੈਂਡੀਡੇਟ ਬਾਹਰ ਜਾਣਗੇ ਉਹਨਾਂ ਦੀ ਜਗ੍ਹਾ ਹੋਰ ਕੈਂਡੀਡੇਟ ਬੁਲਾਏ ਜਾਣਗੇ ਜਿਨ੍ਹਾਂ ਨੂੰ ਸੈਕੰਡ ਲਿਸਟ ਦਾ ਨਾਮ ਦਿੱਤਾ ਜਾ ਰਿਹਾ ਹੈ ਕਿ ਸੈਕੰਡ ਲਿਸਟ ਦੇ ਵਿੱਚ ਬੁਲਾਇਆ ਜਾਵੇਗਾ ਕਈ YouTube ਚੈਨਲ ਦੱਸ ਰਹੇ ਨੇ ਕਿ ਤੁਹਾਡੀ ਜਿਹੜੀ ਮੈਰਿਟ ਹੋ 40 ਤੱਕ ਚਲੀ ਜਾਵੇਗੀ ਬਿਲਕੁਲ ਦੋਸਤੋ ਝੂਠ ਹੈ ਜੀ ਤੁਹਾਡੀ ਮੈਰਿਟ 40 ਤੱਕ ਕਦੇ ਵੀ ਨਹੀਂ ਜਾਣੀ ਹਾਂਜੀ ਜੇਕਰ ਤੁਹਾਡੇ ਕੋਲ ਕੈਟਾਗਰੀ ਹੈ ਜਿਵੇਂ ਠੀਕ ਹੈ ਜੀ ਆਪਾਂ ਲਾ ਲਈਏ ਫਰੀडम फाइਟਰ ਹੋਗੇ ਜੀ ਠੀਕ ਹੈ ਬੀਸੀ ਐਕ ਸਰਵਿਸਮੈਨ ਹੋਗੇ ਇਹਨਾਂ ਇਹਨਾਂ ਦੀ ਮੈਰਿਟ ਦੋਸਤੋ ਆਪਾਂ ਮੰਨ ਸਕਦੇ ਹਾਂ 40 ਤੱਕ ਜਾ ਸਕਦੇ ਜੇਕਰ ਹੁਣ ਤੁਸੀਂ ਕਹੋ ਕਿ ਜਨਰਲ ਦੀ ਮੈਰਿਟ 40 ਤੱਕ ਚਲੀ ਜਾਊਗੀ ਇਹ ਕਦੇ ਵੀ ਨਹੀਂ ਹੋ ਸਕਦਾ ਜੀ ਕਿਉਂਕਿ ਜਦੋਂ ਰਿਜ਼ਲਟ ਆਇਆ ਸੀ ਅਸੀਂ ਉਸ ਦੇ ਵਿੱਚ ਨੰਬਰ ਦੇਖੇ ਸੀਗੇ ਕਿ ਨੰਬਰ ਕੈਂਡੀਡੇਟ ਦੇ ਬਹੁਤ ਸਾਰੇ 90 80 75 ਤੇ ਬਹੁਤ ਸਾਰੇ ਕੈਂਡੀਡੇਟ ਦੇ ਨੰਬਰ 60 ਤੋਂ 70 ਦੇ ਵਿੱਚ ਵੀ ਆਏ ਹੋਏ ਨੇ ਤੇ ਜਿੰਨੀਆਂ ਪੋਸਟਾਂ ਨੇ ਉਹ ਇਹਨਾਂ ਨੇ ਤੇ ਉਸ ਤੋਂ ਇਲਾਵਾ ਗੱਲ ਕਰੀਏ ਕਿ BEd ਦੀ ਜੀ 10 ਤਰੀਕ ਨੂੰ 10 ਫਰਵਰੀ ਨੂੰ ਜੇਕਰ ਦੋਸਤੋ ਫੈਸਲਾ ETT ਦੇ ਪੱਖ ਵਿੱਚ ਆਉਂਦਾ ਹੈ ਤਾਂ ਬਹੁਤ ਸਾਰੇ ਕੈਂਡੀਡੇਟ ਨੇ ਜਿਹੜੇ OBEd ਦੇ ਬਾਹਰ ਜਾਣਗੇ ਬਾਹਰ ਜਾਣ ਤੋਂ ਬਾਅਦ ETT ਦੀਆਂ ਨਵੀਆਂ ਲਿਸਟਾਂ ਆਉਣ ਤੋਂ ਬਾਅਦ ਹੀ ਸਭ ਕੁਝ ਜਿਹੜਾ ਉਹ ਕਲੀਅਰ ਤੁਹਾਡੇ ਸਾਹਮਣੇ ਹੋ ਜਾਵੇਗਾ ਠੀਕ ਹੈ ਜੀ 10 ਫਰਵਰੀ ਨੂੰ ਫਾਈਨਲ ਵੈਸੇ ਤਾਂ ਹੋ ਹੀ ਜਾਣਾ ਜੀ 90% ਤਾਂ ਫਾਈਨਲ ਆ ਬਾਕੀ ਦੇਖੋ ਕੋਰਡ ਦੀ ਜੇਕਰ ਡੇਟ ਅੱਗੇ ਨਹੀਂ ਪੈਂਦੀ ਤਾਂ 10 ਫਰਵਰੀ ਨੂੰ ਮੇਬੀ ਫੈਸਲਾ ਆ ਸਕਦਾ ਹੈ ਜੀ ਤੇ ਉਸ ਤੋਂ ਇਲਾਵਾ ਗੱਲ ਕਰੀਏ 2364 ਦੀ 2364 ਤੋਂ ਦੋਸਤੋ 3-4 ਮਹੀਨੇ ਹੁਣ ਤੁਹਾਨੂੰ ਕੋਈ ਉਹਦੀ ਅਪਡੇਟ ਨਹੀਂ ਮਿਲਣੀ ਜੀ ਡੇਟ ਕਾਫੀ ਅੱਗੇ ਪੈ ਚੁੱਕੀ ਆ ਸੋ ਇਸ ਬਾਰੇ ਤਾਂ ਹਜੇ ਕੋਈ ਗੱਲ ਅਸੀਂ ਨਹੀਂ ਕਹਿ ਸਕਦੇ ਜਦੋਂ ਕੋਈ ਵੀ ਅਪਡੇਟ ਆਉਂਦੀ ਆ ਤਾਂ ਤੁਹਾਨੂੰ ਦੱਸ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਦੋਸਤੋ ਤੁਹਾਡੇ ਨਾਲ ਇੱਕ ਗੱਲ ਹੋਰ ਕਰਨੀ ਆ ਜੀ ਇੱਕ ਚੈਨਲ ਹੈ ਜੀ ਜਿਸ ਦਾ ਨਾਮ ਹੈ ਜਸਟਿਸ ਫਾਰ 8TT ਉਹ ਬੰਦਾ ਇਹ ਗੱਲ ਫੁਲਾ ਰਿਹਾ ਜੀ ਕਿ ਤੁਸੀਂ ਯੂਨੀਅਨ ਨੂੰ ਫੰਡ ਨਾ ਦਿਓ ਠੀਕ ਹੈ ਜੀ ਯੂਨੀਅਨ ਦੇ ਬੰਦੇ ਫੰਡ ਖਾ ਰਹੇ ਨੇ ਯੂਨੀਅਨ ਦੇ ਬੰਦੇ ਜਨਤਾ ਨੂੰ ਪਿੱਛੇ ਲਾ ਰਹੇ ਨੇ ਤੇ ਯੂਨੀਅਨ ਦੇ ਬੰਦੇ ਇਹ ਕਹਿ ਰਹੇ ਨੇ ਕਿ ਮੈਰਿਟ ਹੈ ਜਿਹੜੀ ਤੁਹਾਡੀ ਉਹ 30 35 ਤੱਕ ਵੀ ਜਾਊਗੀ ਜੀ ਮੈਂ ਦੁਬਾਰੇ ਫੇਰ ਰਿਪੀਟ ਕਰਨਾ ਚਾਹੁੰਗਾ ਜੀ ਚੈਨਲ ਦਾ ਨਾਮ ਹੈ ਜਸਟਿਸ ਫਾਰ ਈਟੀਟੀ ਉਹ ਬੰਦਾ ਇਹ ਗੱਲ ਕਹਿ ਰਿਹਾ ਹੈ ਕਿ ਤੁਸੀਂ ਯੂਨੀਅਨ ਦੇ ਪਿੱਛੇ ਨਾ ਲੱਗੋ ਯੂਨੀਅਨ ਨੂੰ ਫੰਡ ਨਾ ਦਿਓ ਯੂਨੀਅਨ ਝੂਠ ਹੈ ਯੂਨੀਅਨ ਫਰੇ ਹੈ ਯੂਨੀਅਨ ਐਦਾਂ ਯੂਨੀਅਨ ਉਦਾਂ ਠੀਕ ਹੈ ਜੀ ਦੇਖੋ ਦੋਸਤੋ ਮੈਂ ਤੁਹਾਨੂੰ ਇੱਕ ਸਾਫ਼ ਜੀ ਗੱਲ ਕਹਿਣਾ ਚਾਹੁੰਦਾ ਹੈ ਫੰਡ ਦੇਣਾ ਨਾ ਤੋਂ ਦੇਣਾ ਉਹ ਤੁਹਾਡੀ ਮਰਜ਼ੀ ਹੈ ਜੀ ਬਟ ਯੂਨੀਅਨ ਦੇ ਵਿੱਚ ਜਿੰਨੇ ਵੀ ਬੰਦੇ ਨੇ ਜੀ ਚਾਹੇ ਉਹ ਨਿਰਮਲ ਜੀ ਰਹਾ ਜਾਂ ਜੋ ਵੀ ਉਨ੍ਹਾਂ ਦੇ ਵਿੱਚੋਂ ਇੱਕ ਵੀ ਬੰਦਾ ਇਹ じゃ ਨਹੀਂ ਹੈਗਾ ਜਿਹੜਾ ਕਿ ਆਪਣਾ ਫੰਡ ਖਾ ਰਿਆ ਹੋਵੇ ਠੀਕ ਹੈ ਜੀ ਤੁਸੀਂ ਫੰਡ ਦੇਣਾ ਨਹੀਂ ਦੇਣਾ ਤੁਹਾਡੀ ਮਰਜ਼ੀ ਹੈ ਤੁਹਾਡਾ ਫੰਡ ਹੈ ਜਿਹੜਾ ਉਹ ਤੁਹਾਡੇ ਫਾਇਦੇ ਲਈ ਹੀ ਜਾ ਰਿਹਾ ਹੈ ਕਿਉਂਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਜਦੋਂ ਅਸੀਂ ਵਕੀਲ ਕਰਦੇ ਹਾਂ ਉਹਨਾਂ ਦੀਆਂ ਫੀਸਾਂ ਵੀ ਦੇਣੀਆਂ ਪੈਂਦੀਆਂ ਨੇ ਔਣ ਜਾਣ ਦੇ ਵਿੱਚ ਖਰਚਾ ਆਉਂਦਾ ਹੋਰ ਵੀ ਛੋਟੇ ਛੋਟੇ ਬਹੁਤ ਖਰਚੇ ਨੇ ਜਿਹੜੇ ਹੁੰਦੇ ਨੇ ਸੋ ਫੰਡ ਜੇਕਰ ਤੁਸੀਂ ਦੇ ਰਹੇ ਹੋ ਤਾਂ ਉਹਦੇ ਵਿੱਚ ਤੁਹਾਡਾ ਹੀ ਬੈਨੀਫਿਟ ਹੈ ਜੀ ਤੁਹਾਡਾ ਬੈਨੀਫਿਟ ਕਿਉਂ ਹੈ ਜੇਕਰ ਕੱਲ੍ਹ UTTK ਇਹ ਜਿੱਤਦੀ ਹੈ ਤਾਂ ਜਿੰਨੇ ਵੀ UTTK ਦੇ ਕੈਂਡੀਡੇਟ ਨੇ ਹਾਈ ਮੈਰਿਟ ਵਾਲੇ ਉਹ ਲੱਗੇ ਜਾਣਗੇ ਠੀਕ ਹੈ ਜੀ ਤੇ ਸੌਰੀ ਇਸ ਤੋਂ ਲਾ ਵਈ ਗੱਲ ਉਹ ਬੰਦਾ ਹੋਰ ਕਹਿ ਰਿਹਾ ਕਿ ਕਿਹਜੇ ਚੈਨਲ ਵਾਲੇ ਦੱਸ ਰਹੇ ਨੇ ਜਿਹੜੇ ਕਿ ਯੂਨੀਅਨ ਦੇ ਨਾਲ ਜੁੜੇ ਹੋਏ ਨੇ ਵੀ ਮੈਰਿਟ ਬਹੁਤ ਘਟ ਜਾਊਗੀ ਹਾਂ ਦੋਸਤੋ ਇਹ ਗੱਲ ਤਾਂ ਮੈਂ ਵੀ ਕਹਿੰਦਾ ਕਿ ਮੈਰਿਟ ਬਹੁਤ ਘਟ ਨਹੀਂ ਜਾਣੀ ਬਟ ਜਿਹੜੇ ਕੈਂਡੀਡੇਟ ਡਿਜ਼ਰਵ ਕਰਦੇ ਨੇ ਪੋਸਟਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਜਿਨ੍ਹਾਂ ਦੇ ਨੰਬਰ ਹਾਈ ਮੈਰਿਟ 'ਚ ਆਏ ਨੇ ਉਹ ਜ਼ਰੂਰ ਲੱਗ ਜਾਣਗੇ ਜੀ ਬਟ ਯੂਨੀਅਨ ਨੂੰ ਫੰਡ ਨਾ ਦੇਣਾ ਨਹੀਂ ਦੇਣਾ ਇਹ ਗੱਲ ਸਾਨੂੰ ਨਹੀਂ ਕਹਿਣੀ ਚਾਹੀਦੀ ਜੇਕਰ ਤੁਹਾਡੇ ਕੋਲ ਪੈਸਾ ਹੈਗਾ ਤੁਸੀਂ ਯੂਨੀਅਨ ਨੂੰ ਫੰਡ ਦੇ ਸਕਦੇ ਹੋ ਤਾਂ ਜ਼ਰੂਰ ਦਿਓ ਨਹੀਂ ਦੇ ਸਕਦੇ ਤਾਂ ਤੁਹਾਡੀ ਮਰਜ਼ੀ ਹੈ ਜੀ ਉਹ ਤੁਹਾਨੂੰ ਕੋਈ ਫੋਰਸ ਨਹੀਂ ਕਰਦੇ ਕਿ ਹਾਂ ਜੀ ਹਾਂ ਸਾਨੂੰ ਤਾਂ ਇਨਾ ਫੰਡ ਚਾਹੀਦਾ ਹੈ ਲਾਈਵ ਹੋ ਕੇ ਜਦੋਂ ਵੀ ਉਹ ਦੱਸਦੇ ਨੇ ਕਿ ਹਾਂ ਜੀ ਤੁਹਾਨੂੰ ਇਨਾ ਫੰਡ ਦੇਣਾ ਚਾਹੀਦਾ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ 2000 ਦਿਓ 5000 ਦਿਓ 10000 ਦਿਓ ਜਿੰਨਾ ਵੀ ਫੰਡ ਤੁਹਾਨੂੰ ਬਣਦਾ ਤੁਸੀਂ ਦੇ ਸਕਦੇ ਹੋ ਬਟ ਅਸੀਂ ਇਹ ਨਹੀਂ ਕਹਿ ਸਕਦੇ ਕਿ ਯੂਨੀਅਨ ਸਾਡੇ ਤੋਂ ਠੀਕ ਹੈ ਜੀ ਪੱਕਾ ਫੰਡ ਮੰਗ ਰਹੀ ਹੈ ਕਿ ਹਾਂ ਜੀ ਤੁਹਾਨੂੰ ਇੰਨੇ ਪੈਸੇ ਦੇਣੇ ਹੀ ਦੇਣੇ ਚਾਹੀਦੇ ਨੇ ਸੋ ਗੱਲ ਕਹਿਣ ਦੀ ਇਹ ਹੈ ਦੋਸਤੋ ਜੇਕਰ ਤੁਸੀਂ ਫੰਡ ਦੇਣਾ ਹੈ ਜਾਂ ਨਹੀਂ ਦੇਣਾ ਤੁਹਾ ਪਹਿਲਾਂ ਵੀ ਮੈਂ ਦੱਸਿਆ ਕਿ ਸਾਨੂੰ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਡੀ ਆਪਣੀ ਇੱਛਾ ਜੀ ਫੰਡ ਦੇਣਾ ਜਾਂ ਨਹੀਂ ਦੇਣਾ ਠੀਕ ਹੈ ਜੀ ਸੋ ਇਹ ਗੱਲ ਮੈਂ ਦੱਸਣੀ ਸੀ ਮੈਂ ਕਈ ਦਿਨਾਂ ਤੋਂ ਉਸ ਬੰਦੇ ਦੇ ਚੈਨਲ ਤੇ ਦੇਖ ਰਿਹਾ ਕਿ ਉਹ ਬਾਰ-ਬਾਰ ਇੱਕੋ ਗੱਲ ਕਹਿ ਰਿਹਾ ਕਿ ਯੂਨੀਅਨ ਦੇ ਪਿੱਛੇ ਨਾ ਲੱਗੋ ਯੂਨੀਅਨ ਨੂੰ ਫੰਡ ਨਾ ਦਿਓ ਇਦਾਂ ਨਾ ਕਰੋ ਉਹਦਾ ਨਾ ਕਰੋ ਹੁਣ ਮੈਨੂੰ ਨਹੀਂ ਪਤਾ ਜੀ ਉਹ ਬੀਏਡ ਦਾ ਬੰਦਾ ਹੈ ਜਾਂ ਕੌਣ ਹੈ ਉਹ ਸੋ ਉਹਦੀਆਂ ਵੀਡੀਓ ਮੈਂ ਦੋ ਤਿੰਨ ਦੇਖੀਆਂ ਸੀ ਉਸ ਦੇ ਵਿੱਚ ਮੈਂ ਉਹਦੀ ਇੱਕੋ ਗੱਲ ਬਹੁਤ ਰਿਪੀਟਡ ਸੁਣੀ ਹੈ ਕਿ ਤੁਸੀਂ ਯੂਨੀਅਨ ਨੂੰ ਫੰਡ ਨਾ ਦਿਓ ਜੀ ਯੂਨੀਅਨ ਦੇ ਪਿੱਛੇ ਨਾ ਲੱਗੋ ਇਦਾਂ ਨ ਮੈਂ ਫੇਰ ਕਹਿ ਰਹੇ ਹਾਂ ਕਿ ਤੁਹਾਡੀ ਮਰਜ਼ੀ ਹੈ ਜੀ ਫੰਡ ਦੇਣਾ ਨਹੀਂ ਦੇਣਾ ਕਿਉਂਕਿ ਜੇਕਰ ਤੁਸੀਂ ਫੰਡ ਦਿੰਨੇ ਹੋ ਤਾਂ ਇਹਦੇ ਵਿੱਚ ਭਲਾਈ ਤੁਹਾਡੀ ਹੋਏ ਜਦੋਂ ਈਟੀਟੀ ਕੇਸ ਜਿੱਤਦੀ ਹੈ ਤਾਂ ਉਹਦੇ ਵਿੱਚ ਬਹੁਤ ਸਾਰੇ ਈਟੀਟੀ ਵਾਲੇ ਸਾਡੇ ਸਾਥੀ ਲੱਗ ਜਾਣਗੇ ਠੀਕ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਜੀ ਜੇਕਰ ਕਿਸਨ ਕੋ ਡਾਊਟ ਹੋਵੇ ਤਾਂ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦਾ ਸੋ ਥੈਂਕ ਯੂ